ਸਤਿ ਸ਼੍ਰੀ ਅਕਾਲ ਪੰਜਾਬ ਪੰਜਾਬੀ ਦੇ ਪੰਜਾਬੀਏ ਨੂੰ ਪਿਆਰ ਕਰਨ ਵਾਲਿਆਂ ਨੂੰ ਭੁਪਿੰਦਰ ਰੰਦਾਵਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਤੇ ਤੁਹਾਡਾ ਸਵਾਗਤ ਬਹੁਤ ਸਾਰੀਆਂ ਇੰਟਰਵਿਊਜ਼ ਮੈਂ ਕੀਤੀਆਂ ਨੇ ਆਪਣੀ ਲਾਈਫ ਦੇ ਵਿੱਚ ਪਰ ਮੇਰੇ ਖਿਆਲ ਅੱਜ ਜੇ ਇਸ ਸਖਸ਼ ਦੇ ਨਾਲ ਜੇ ਇਸ ਇਨਸਾਨ ਨਾਲ ਉਸ ਰੱਬੀ ਰੂਹ ਦੇ ਨਾਲ ਮਿਲਣ ਦਾ ਮੌਕਾ ਮਿਲਿਆ ਮੇਰੇ ਕੋਲ ਸੱਚੀ ਅਲਫ਼ਾਜ਼ ਨਹੀਂ ਹੈਗੇ ਕਿ ਮੈਂ ਉਹਨਾਂ ਦੀ ਕਿੰਨੀ ਤਾਰੀਫ਼ ਕਰਾਂ ਕਿਉਂਕਿ ਉਹਨਾਂ ਦੀ ਤਾਰੀਫ਼ ਕਰਨ ਲੱਗਾ ਤੇ ਇਦਾਂ ਜਾਂ ਜਿੱਦਾਂ ਕਿ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੋਏਗੀ ਤੇ ਸੂਰਜ ਨੂੰ ਆਕੇ ਦੀਵਾ ਕਦੇ ਵੀ ਦਿਖਾਇਆ ਨਹੀਂ ਜਾਂਦਾ ਸੋ ਮੇਰੀ ਮੁਰਾਦ ਆ ਇੱਕੋ ਇੱਕ ਪੰਜਾਬੀਆਂ ਦੀ ਸ਼ਾਨ ਪੰਜਾਬੀਆਂ ਦਾ ਮਾਣ ਬਲਕਿ ਹਿੰਦੁਸਤਾਨੀਆਂ ਦਾ ਮਾਣ ਗੁਰਦਾਸ ਮਾਨ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ ਕਿਆ ਬਾਬਾ ਪੰਦਰਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੇ ਬੋਲਾਂ ਦੇ ਵਿੱਚ ਇਹਨਾਂ ਜੋਸ਼ ਐ ਨਹੀਂ ਰਵਾਨ ਗਈ ਔਰ ਮੇਰਾ ਖਿਆਲ ਹੈ ਇਹ ਪ੍ਰਵਾਨ ਗਈ ਹੈ ਕਿਆ ਬਾਤ ਹੈ ਬਹੁਤ ਅੱਛਾ ਲੱਗਿਆ ਥੈਂਕ ਯੂ ਬਹੁਤ ਬਹੁਤ ਤੁਹਾਡਾ ਸਵਾਗਤ ਅਸੀਂ ਸਾਰੇ ਕਰ ਚੁੱਕੇ ਮੇਰੇ ਖਿਆਲ ਵੈਸੇ ਜਿੰਨਾ ਵੀ ਸਵਾਗਤ ਕਰੀਏ ਓਨਾ ਹੀ ਥੋੜਾ ਆ ਕਿਉਂਕਿ ਤੁਹਾਡੀ ਜਿਹੜੀ ਦੇਣ ਜਿਹੜੀ ਪੰਜਾਬ ਪੰਜਾਬੀਓ ਦੇ ਪੰਜਾਬੀਆਂ ਤਨੂ ਆ ਅਮ ਮੈਂ ਕਹਾਂਗਾ ਕਿ ਮੇਰੀ ਆਉਣ ਵਾਲੀਆਂ ਪੀੜ੍ਹੀਆਂ ਜਾਂ ਮੇਰੀ ਆਉਣ ਵਾਲੀਆਂ ਨਸਲਾਂ ਵੀ ਆ ਸ਼ਾਇਦ ਉਹ ਜਿਹੜਾ ਤੁਹਾਨੂੰ ਉਹਦਾ 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 ਥੈਂਕਸ ਸ਼ੁਕਰੀਆ ਨਹੀਂ ਕਰ ਸਕਦੇ ਜੀ ਸਾਈ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਮੈਂ ਕੋਟ ਕੋਟ ਪ੍ਰਣਾਮ ਕਰਦਾ ਉਸ ਮਾਲਕ ਨੂੰ ਜਿਸ ਨੇ ਮੈਨੂੰ ਇਹ ਤੌਫੀਕ ਦਿੱਤੀ ਔਰ ਇਹ ਗੀਤ ਸੰਗੀਤ ਦਿੱਤੇ ਇਹ ਵਿਦਿਆ ਦਿੱਤੀ ਇਹ ਗਿਆਨ ਦਿੱਤਾ ਜਿਹੜਾ ਲੋਕਾਂ ਨੇ ਜਿਹੜੀ ਉਸ ਮਾਲਕ ਦੀ ਦਿੱਤੀ ਹੋਈ ਚੀਜ਼ ਆ ਉਹ ਪ੍ਰਵਾਨ ਹੁੰਦੀ ਹੁੰਦੀ ਹੈ ਕੀ ਬਾਤ ਸੋ ਮੇਰੇ ਤਨਪਾਕ ਕਿ ਮੈਨੂੰ ਲੋਕ ਪਿਆਰ ਕਰਦੇ ਨੇ ਸੁਣਦੇ ਨੇ ਇੱਜ਼ਤ ਦਿੰਦੇ ਨੇ ਸਤਕਾਰ ਦਿੰਦੇ ਨੇ ਔਰ ਇਸ ਤਰ੍ਹਾਂ ਦਾ ਮਾਣ ਦਿੰਦੇ ਨੇ ਕਿ ਜਿਹੜਾ ਦੂਜੇ ਕਿਸੇ ਹੋਰ ਨੂੰ ਸ਼ਾਇਦ ਨਸੀਬ ਨਾ ਹੋਇਆ ਹੋਵੇ ਸੋ ਮੇਰੇ ਤਨਪਾਗ ਹੈ ਬਹੁਤ ਬਹੁਤ ਤਨਪਾਗ ਮੇਰੇ ਇਹ ਤੁਹਾਡਾ ਬਹੁਤ ਬੜਪਾ ਨਾ ਮੈਂ ਇਹੀ ਕਹੂੰਗਾ ਮਾਨ ਸਾਹਿਬ ਕਿਉਂਕਿ ਸਮਾਂ ਬਹੁਤ ਘਟਿਆ ਇੱਕ ਸਵਾਲ ਜਿਹੜਾ ਹਮੇਸ਼ਾ ਮੇਰੇ ਇੱਕ ਜ਼ਿਹਨ ਦੇ ਵਿੱਚ ਆਉਂਦਾ ਮੈਂ ਇੱਕ ਪੰਜਾਬੀ ਹਾਂ ਇੱਕ ਬੜਾ ਇੱਕ ਪ੍ਰਾਊਡ ਪੰਜਾਬੀ ਹਾਂ ਮੈਂ ਔਰ ਮੈਂ ਹਮੇਸ਼ਾ ਕਹਿੰਦਾ ਕਿ ਜੇ ਮੈਂ ਧਰਤੀ ਦੇ ਉੱਤੇ ਫਿਰ ਦੁਬਾਰਾ ਆਵਾਂ ਤੇ ਮੈਂ ਇੱਕ ਪੰਜਾਬੀ ਹੀ ਪੈਦਾ ਹੋਵਾਂ ਔਰ ਉਸੇ ਹੀ ਮਾਂ ਦੀ ਕੁੱਖੋਂ ਜਨਮ ਲਵਾਂ ਔਰ ਪੰਜਾਬ ਦੀ ਧਰਤੀ ਤੇ ਜਨਮ ਲਵ ਪਰ ਅੱਜ ਉਸ ਪੰਜਾਬ ਦੇ ਵਿੱਚ ਕਹਿ ਲਓ ਕਿ ਇੰਨਾ ਜਿਆਦਾ ਬੁਰਾ ਹਾਲ ਹੋ ਚੁੱਕਾ ਪ੍ਰੂਣ ਹੱਤਿਆ ਫੀਮੇਲ ਇਨਫੈਂਟ ਸਾਈਡ ਨਸ਼ੇ ਔਰ ਜਿੰਨੀਆਂ ਵੀ ਲਾਂਤਾਂ ਸੀ ਸਾਡੇ ਪੰਜਾਬ ਨੂੰ ਲੱਗ ਚੁੱਕੀਆਂ ਨੇ ਕੋਈ ਸ਼ੱਕ ਨਹੀਂ ਆਪਾਂ ਗੀਤਾਂ ਦੇ ਵਿੱਚ ਵੀ ਸੁਣਦੇ ਹਾਂ ਜਿਵੇਂ ਕਿ ਤੁਸੀਂ ਇੱਕ ਬਹੁਤ ਵਧੀਆ ਗੀਤ ਗਾਇਆ ਸੀ ਕੁੜੀਏ ਕਿਸਮਤ ਬੁੜੀ ਜੀ ਹੋਰ ਵੀ ਤੁਸੀਂ ਬਹੁਤ ਸਾਰੇ ਗਾਣੇ ਗਾਏ ਨੇ ਨਸ਼ਿਆਂ ਦੇ ਖਿਲਾਫ ਵੀ ਮੇਰਾ ਇੱਕ ਸਵਾਲ ਹੈ ਕਿ ਕੀ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦੀ ਸੇਵਾ ਨਹੀਂ ਹੋ ਸਕਦੀ ਕਿਉਂਕਿ ਅੱਜ ਪੰਜਾਬ ਨੂੰ ਵਾਕਿਆ ਹੀ ਗੁਰਦਾਸ ਮਾਨ ਦੀ ਔਰ ਗੁਰਦਾਸ ਮਾਨ ਦਾ ਉਹ ਜਿਹੜਾ ਇੱਕ ਜਜ਼ਬਾ ਆ ਗੁਰਦਾਸ ਮਾਨ ਦਾ ਨਾਮ ਆ ਉਹਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਆ ਕਿਉਂਕਿ ਯੂਥ ਤੁਹਾਨੂੰ ਫੋਲੋ ਕਰਦਾ ਆ ਸੋ ਕੀ ਪੰਜਾਬ ਦੇ ਵਿੱਚ ਆ ਕੇ ਤੁਸੀਂ ਕੋਈ ਇਹੋ ਜੀ ਲਹਿਰ ਸ਼ੁਰੂ ਨਹੀਂ ਕਰ ਸਕਦੇ ਜਿਹਦੇ ਨਾਲ ਕਿ ਜਿਹੜਾ ਸਾਡਾ ਯੂਥ ਆ ਉਹ ਸਹੀ ਪਾਸੇ ਨੂੰ ਤੁਰੇ ਬੇਸ਼ੱਕ ਬਹੁਤ ਵਧੀਆ ਖੂਬਸੂਰਤ ਗੱਲ ਕਹੀ ਹੈ ਤੁਸੀਂ ਔਰ ਮੇਰੇ ਲਈ ਇਹ ਇਹ ਤੁਹਾਡਾ ਇੱਕ ਸਵਾਲ ਜਿਹੜਾ ਮੇਰੇ ਲਈ ਰਹਿਨਮਾਈ ਦਾ ਸੋਚਕ ਹੈ ਇਸ ਵੇਲੇ ਔਰ ਮੈਂ ਤੁਹਾਡੀ ਇਸ ਗੱਲ ਤੇ غور ਕਰਦੇ ਹੋਏ ਜ਼ਰੂਰ ਕੁਛ ਨਾ ਕੁਛ ਕਰਨਾ ਚਾਹਾਂਗਾ ਮੈਂ ਆਪਣੇ ਸਾਥੀ ਕਲਾਕਾਰਾਂ ਦੇ ਨਾਲ ਔਰ ਬਾਕੀ ਜਿਹੜੇ ਹੋਰ ਵੀ ਜਿਹੜੇ ਇਸ ਫੀਲਡ ਦੇ ਵਿੱਚ ਜਿੰਨੇ ਵੀ ਕਲਾਕਾਰ ਕੰਮ ਕਰ ਰਹੇ ਉਹਨਾਂ ਦੇ ਨਾਲ ਮਿਲ ਕੇ ਮੈਂ ਉਹਨਾਂ ਦਾ ਮਿਲਵਰਤਨ ਵੀ ਚਾਹਾਂਗਾ ਕਿਉਂਕਿ ਕਲਾਕਾਰ ਇੱਕ ਆਦਰਸ਼ ਬਣ ਜਾਂਦਾ ਹੈ ਔਰ ਉਸ ਨੂੰ ਫਾਲੋ ਕਰਦੇ ਨੇ ਦੁਨੀਆ ਫਾਲੋ ਕਰਦੀ ਹੈ ਔਰ ਉਸ ਦੇ ذریعے ਜੇ ਕੋਈ ਗੱਲ ਕਿਤੇ ਕਿਸੇ ਮੁਕਾਮ ਤੇ ਪਹੁੰਚਦੀ ਹੈ ਤੇ ਮੇਰਾ ਖਿਆਲ ਹੈ ਸਾਡੇ ਕਲਾਕਾਰਾਂ ਦਾ ਸਭ ਤੋਂ ਵੱਡਾ ਯੋਗਦਾਨ ਹੋਏਗਾ ਕਲਾਕਾਰ ਸਭ ਤੋਂ ਵੱਡਾ ਯੋਗਦਾਨ ਹੋ ਸਕਦੇ ਨੇ ਕਾਬਤ ਹੋ ਸਕਦੇ ਨੇ ਅਜੋ। ਕਿਉਂਕਿ ਯੂਥ ਫੋਲੋ ਕਰਦਾ ਹੈ। ਗੌਰ ਕੀਤਾ ਜਾਏਗਾ ਪਲੀਜ਼। ਬਹੁਤ-ਬਹੁਤ ਸ਼ੁਕਰੀਆ। ਮਾਨ ਸਰ ਇੱਕ ਹੋਰ ਮੇਰਾ ਸਵਾਲ ਆ ਪੰਜਾਬੀ ਫਿਲਮ ਇੰਡਸਟਰੀ ਦਾ। ਗੁਰਦਾਸ ਮਾਨ ਹੁਰਾ ਨੇ ਮਤਲਬ ਕਿ ਮੇਰੇ ਖਿਆਲ ਨੈਸ਼ਨਲ ਅਵਾਰਡ ਵਿਲਮ ਵਿਨਰ ਫਿਲਮਾਂ ਬਣਾਈਆਂ ਨੇ ਜਿਨ੍ਹਾਂ ਦੇ ਵਿੱਚੋਂ ਕਿ ਵਾਰਸ਼ਾ ਇੱਕ ਫਿਲਮ ਆ ਜਿਹਦੀ ਆਪਾਂ ਗੱਲ ਕਰ ਰਹੇ ਸੀ ਚਾਰ ਨੈਸ਼ਨਲ ਅਵਾਰਡ ਉਹਨੂੰ ਮਿਲੇ ਨੇ ਔਰ ਉਸ ਤੋਂ ਪਹਿਲਾਂ ਵੀ ਬਹੁਤ ਵਧੀਆਂ ਫਿਲਮਾਂ ਨੇ ਜਿਨ੍ਹਾਂ ਕੇ ਮਾਮਲਾ ਗੜਬੜ ਹੈ ਆਈ ਸੀ ਜਿਨ੍ਹਾਂ ਦੇ ਵਿਜੇਸ ਫਿਲਮ ਵਿੱਚ ਕਿ ਐਂਟਰਟੇਨਮੈਂਟ ਵੀ ਸੀ ਔਰ ਇੱਕ ਸਿੱਖਿਆ ਵੀ ਸੀ ਮੇਰੇ ਵੱਡੇ ਵੱਡੇ ਵਾਲ ਸੀਗੇ ਵੱਡੇ ਵੱਡੇ ਵਾਲ ਸੀਗੇ ਤੇ ਅਦਾਵਾ ਵੀ ਕਿਆ ਬਾਤ ਸੀਗੀ ਛੋਟੇ ਛੋਟੇ ਵਾਲ ਹੋ ਗਏ ਕਿਆ ਬਾਤ ਆ ਤੇ ਮੇਰਾ ਸਵਾਲ ਤੁਹਾਨੂੰ ਇਹ ਆ ਮਾਨ ਸਾਹਿਬ ਕਿ ਅੱਜ ਪੰਜਾਬੀ ਸਿਨੇਮਾ ਮੈਂ ਪੰਜਾਬੀ ਸਿਨੇਮੇ ਦੇ ਨਾਲ ਸੰਬੰਧਿਤ ਆ ਐਜ਼ ਅ ਡਾਇਰੈਕਟਰ ਵੀ ਆ ਪ੍ਰੋਡਿਊਸਰ ਵੀ ਆ ਐਕਟਰ ਵੀ ਆ ਪਰ ਕੀ ਜਿਹੜੀਆਂ ਫਿਲਮਾਂ ਹੁਣ ਆ ਰਹੀਆਂ ਨੇ ਜਿੱਥੋਂ ਤੱਕ ਮੇਰੀ ਸੋਚ ਜਾਂਦੀ ਆ ਹਾਂ ਅਸੀਂ ਜ਼ਰੂਰ ਦੇਖਦੇ ਆ ਤਾੜੀ ਮਾਰਦੇ ਆ ਪਰ ਕੀ ਉਹਦੇ ਨਾਲ ਸਾਡੀ ਪੰਜਾਬੀ ਸਭਿਆਤਾ ਦਾ ਪੰਜਾਬੀ ਕਲਚਰ ਦਾ ਪਤਨ ਨਹੀਂ ਹੋ ਰਿਹਾ ਦੋਨੋ ਚੀਜ਼ਾਂ ਹੈ ਇਕਤਾਏ ਹੈ ਕਿ ਪੰਜਾਬੀ ਜਿਸ ਲੈਵਲ ਤੇ ਪਹੁੰਚ ਗਈ ਹੈ ਜਿਸ ਮੁਕਾਮ ਤੇ ਪਹੁੰਚ ਗਈ ਹੈ ਐਸਵੇਲੇ ਇੰਟਰਨੈਸ਼ਨਲ ਮਾਰਕੀਟ ਹੈ ਪੰਜਾਬੀ ਦੀ ਸੋ ਹਿੰਦੀ ਫਿਲਮ ਇੰਡਸਟਰੀ ਦੇ ਕਲਾਕਾਰ ਵੀ ਜਾ ਜਾ ਕੇ ਪੰਜਾਬੀ ਦੇ ਨਾਲ ਜੁੜ ਰਹੇ ਨੇ ਇਹ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਸਾਡੀ ਮਾਂ ਬੋਲੀ ਦੀ ਕਿ ਉਹ ਫਿਲਮਾਂ ਇਸ ਤਰ੍ਹਾਂ ਦੀ ਉਹ ਵੀ ਕਰਨਾ ਚਾਹੁੰਦੇ ਨੇ ਕਿ ਪੰਜਾਬੀ ਦੇ ਵਿੱਚ ਫਿਲਮਾਂ ਬਣ ਫਿਲਮਾਂ ਬਣ ਕਿਸ ਤਰ੍ਹਾਂ ਦੀਆਂ ਰਹੀਆਂ ਨੇ ਇਹ ਹੁਣ ਮਾਹੌਲ ਹੀ ਜਿਸ ਤਰ੍ਹਾਂ ਦਾ ਚੱਲਿਆ ਉਸ ਤਰ੍ਹਾਂ ਦਾ ਹੀ ਅਗਲਾ ਸੌਦਾ ਵੇਚਦਾ ਜਿਸ ਤਰ੍ਹਾਂ ਦਾ ਕੋਈ ਖਰੀਦਦਾ ਹਸੋ ਕਿਆ ਬਾਤ ਹੈ ਵੈਸੇ ਥੋੜਾ ਡਿਪਲੋਮੈਟਿਕ ਆਨਸਰ ਨਹੀਂ ਮੈਂ ਤੁਹਾਨੂੰ ਕਹਿਣਾ ਹੀ ਹੈ ਇਹ ਕਹੂੰਗਾ ਕਿ ਕਿਉਂਕਿ ਸੌਦਾ ਤਾਂ ਹੀ ਵਿਕਦਾ ਨਾ ਜੇ ਉਹਨਾਂ ਦਾ ਜੇ ਨਾ ਜੇ ਉਹ ਜੇ ਤੁਸੀਂ ਉਹਨਾਂ ਨੂੰ ਦੇਵੋਗੇ ਅੱਛਾ ਦੇਵੋਗੇ ਅੱਛਾ ਖਰੀਦਣ ਵਾਲੇ ਵੀ ਬੈਠੇ ਆ ਪਰ ਉਹ ਘਟਨੇ ਕਿਆ ਬਾਤ ਹੈ ਇਹ ਦੁਕਾਨ ਹੈ ਬਾਬਾ ਜੀ ਬਹੁਤ ਵਧੀਆ ਸੋ ਖੱਟੀ ਨਾਲੋਂ ਵੱਧ ਹੋਵੇ ਛੱਟੀ ਜਿਹੜੀ ਹੱਟੀ ਦੀ ਮਰ ਜਾਣਾ ਮਾਨਾ ਉਹ ਦੁਕਾਨ ਕਿਹੜੇ ਕੰਮ ਦੀ ਇਹ ਫਿਲਮ ਬਣਾਈਏ ਤਾਂ ਚੱਲੇ ਹੀ ਨਾ ਕੋਈ ਦੇਖੇ ਹੀ ਨਾ ਉਹਦਾ ਫਾਇਦਾ ਕੀ ਹੈ ਪੰਜਾਬੀ ਦਾ ਫਿਰ ਪਰ ਇੱਕ ਚੀਜ਼ ਤੋਂ ਮੈਂ ਹਮੇਸ਼ਾ ਬਹੁਤ ਤੁਹਾਡੇ ਤੋਂ ਇਨਸਪਾਇਰ ਹੋਇਆ ਕਿਉਂਕਿ ਮੈਂ ਖੁਦ ਮੈਂ ਇਹ ਮੰਨਦਾ ਕਿ ਸੂਫੀਜ਼ਮ ਦੀ ਬਹੁਤ ਵੱਡੀ ਦੇਣ ਹੈ ਕੱਲਾ ਸਿਰਫ ਸਾਡੇ ਕਲਚਰ ਨੂੰ ਹੀ ਨਹੀਂ ਹਰ ਕਲਚਰ ਨੂੰ ਚਾਹੇ ਕੋਈ ਇਹ ਮੰਨੇ ਚਾਹੇ ਨਾ ਮੰਨੇ ਬੇਸ਼ੱਕ ਉਹ ਪਰਜਨ ਕਲਚਰ ਆ ਜਾਂ ਹਿੰਦੁਸਤਾਨੀ ਕਲਚਰ ਤੁਸੀਂ ਸੂਫੀਜ਼ਮ ਦੇ ਨਾਲ ਬਹੁਤ ਜੁੜੇ ਹੋਏ ਹੋ ਲੋਕਾਂ ਦੇ ਨਾਲ ਇੱਕ ਸਵਾਲ ਹੈ ਕਿ ਤੁਹਾਡੇ ਵਾਸਤੇ ਜੇ ਮੈਂ ਤੁਹਾਨੂੰ ਇਹ ਕਹਾਂ ਕਿ ਗੁਰਦਾਸ ਮਾਨ ਦੇ ਵਾਸਤੇ ਰਿਲੀਜੀਅਨ ਜਾਂ ਧਰਮ ਕੀ ਚੀਜ਼ ਹੈ ਮੇਰੇ ਵਾਸਤੇ ਧਰਮ ਇਨਸਾਨੀਅਤ ਹੈ ਇਨਸਾਨਿਤ ਸਭ ਤੋਂ ਵੱਡਾ ਧਰਮ ਹੈ ਜੇ ਇਨਸਾਨ ਇਨਸਾਨ ਦੀ ਕਦਰ ਨਹੀਂ ਕਰਦਾ ਤੇ ਉਹ ਧਰਮ ਕਿਹੜੇ ਕੰਮ ਦਾ ਯਾਰ ਕੀ ਬਾਤ ਮਰ ਜਾਣੇ ਮਾਨਾਉ ਜ਼ਬਾਨ ਕਿਹੜੇ ਕੰਮ ਦੀ ਮੈਂ ਤਾਂ ਇਹ ਕਹੂੰਗਾ ਤੇਰੇ ਬਿਨਾ ਸਾਡੀ ਇਹ ਪਹਿਚਾਨ ਕਿਹੜੇ ਕੰਮ ਦੀ ਜਹਾਨ ਕਿਹੜੇ ਕੰਮ ਦਾ ਤੇ ਜਾਨ ਕਿਹੜੇ ਕੰਮ ਦੀ ਜਿਹੜੀ ਤੇਰੇ ਨਾਮ ਨੂੰ ਕਲਾਮ ਵਾਂਗੂ ਬੋਲੇ ਨਾ ਦੱਸ ਉਹ ਚੰਦਰੀ ਜ਼ਬਾਨ ਕਿਹੜੇ ਕੰਮ ਦੀ ਸਾਰੀਆਂ ਸਲਾਮਾਂ ਸੱਚੇ ਰੱਬ ਨੂੰ ਕਬੂਲ ਨੇ ਯਾਰ ਨੂੰ ਨਾ ਹੋਈ ਤੇ ਸਲਾਮ ਕਿਹੜੇ ਕੰਮ ਦੀ ਜੇ ਬੰਦਾ ਜੇ ਬੰਦੇ ਨੇ ਇਨਸਾਨ ਨੂੰ ਇਨਸਾਨ ਦੀ ਕਦਰ ਨਹੀਂ ਕੀਤੀ ਤੇ ਫਿਰ ਕੋਈ ਧਰਮ ਨਹੀਂ ਹੈ ਔਰ ਕੋਈ ਧਰਮ ਹੈ ਹੋ ਜਾਨੀ ਜਿਹੜਾ ਬੰਦੇ ਨੂੰ ਇਹ ਸਿਖਾਉਂਦਾ ਹੋਵੇ ਕਿ ਯਾਰ ਦੂਸਰੇ ਦੀ ਇੱਜ਼ਤ ਨਹੀਂ ਕਰਨੀ ਜੀ ਦੂਸਰੇ ਨੂੰ ਨਫ਼ਰਤ ਕਰਨੀ ਧਰਮ ਦਾ ਮਤਲਬ ਹੀ ਹੈ ਕਿ ਦਇਆ ਕਰਨ ਵਾਲਾ ਦਿਆਲੂ ਕਿਰਪਾਲੂ ਇਹ ਬੰਦੇ ਨੂੰ ਬੰਦਾ ਸਮਝਣ ਵਾਲਾ ਹੋ ਇਹ ਸਭ ਤੋਂ ਵੱਡਾ ਧਰਮ ਹੈ ਮਾਸਬ ਸਮਾਂ ਬਹੁਤ ਘੱਟ ਹੈ ਜਾਂਦੇ ਹੋਏ ਸਿਰਫ ਦੋ ਸਵਾਲ ਮੈਂ ਤੁਹਾਨੂੰ ਕਰੂੰਗਾ ਇੱਕ ਪਹਿਲਾ ਮੇਰੀ ਛੋਟੀ ਜਿਹੀ ਰਿਕਵੈਸਟ ਹੈ ਕਿਉਂਕਿ ਇੱਕ ਸੰਸਥਾ SGL ਜਿਹੜੀ ਕਿ ਦੁਨੀਆ ਭਰ ਵਿੱਚ ਉਹਨਾਂ ਦਾ ਜਿਹੜਾ ਯੂਥ ਆ ਉਹ ਤੁਹਾਨੂੰ ਫੋਲੋ ਕਰਦਾ ਆ ਔਰ ਇੱਕ ਤੁਸੀਂ ਗੀਤ ਗਾਇਆ ਸੀ ਇਸ਼ਕੇ ਦੀ ਮਾਰੀ ਵੇ ਮੈਂ ਚੱਲੀ ਹੋ ਗਈ ਜੇਕਰ ਦੋ ਬੋਲ ਉਸ ਗੀਤ ਦੇ ਤੁਸੀਂ ਜ਼ਰੂਰ ਜੇਕਰ ਦੋ ਬੋਲ ਸਿਰਫ ਤੁਸੀਂ ਸਾਰੇ ਉਸ ਐਸਜੀਐਲ ਦੇ ਯੂਥ ਦੇ ਵਾਸਤੇ ਕਿਉਂਕਿ ਇੱਕ ਐਸਾ ਐਸੀ ਸੰਸਥਾ ਜਿਹੜੀ ਕਿ ਨਸ਼ਿਆਂ ਦੇ ਖਿਲਾਫ ਭਰੂਣ ਹੱਤਿਆ ਦੇ ਖਿਲਾਫ ਦਹੇਜ ਪ੍ਰਥਾ ਦੇ ਖਿਲਾਫ ਬਹੁਤ ਸਾਲਾਂ ਤੋਂ ਲੜ ਰਹੀ ਆ ਔਰ ਉਸ ਦੇ ਵਿੱਚ ਜਿੱਤ ਵੀ ਪ੍ਰਾਪਤ ਕਰ ਰਹੀ ਆ ਸੋ ਇਸ ਕਰਕੇ ਜੇਕਰ ਤੁਸੀਂ ਪਲੀਜ਼ ਦੋ ਬੋਲ ਉਹ ਦੇ ਗਾ ਕੇ ਜ਼ਰੂਰ ਸੁਣਾ ਦਿਓ ਇਸ਼ਕੇ ਦੀ ਮਰੀ ਵੇ ਮੈਂ ਚੱਲੀ ਹੋ ਗਈ ਇਸ਼ਕੇ ਦੀ ਮਰੀ ਵਿੱਚ ਚੱਲੀ ਹੋ ਗਈ ਲੋਕੀ ਵੱਸਦੇ ਨੇ ਲੱਖਾਂ ਲੋਕੀ ਵੱਸਦੇ ਨੇ ਲੱਖਾਂ ਤੇ ਮੈਂ ਕੱਲੀ ਹੋ ਗਈ ਇਸ਼ਕੇ ਦੀ ਮਰੀ ਇਸ਼ਕੇ ਦੀ ਥੈਂਕ ਯੂ ਜੀ ਕੀ ਬਾਤ ਆ ਬਹੁਤ ਬਹੁਤ ਵਧੀਆ ਅਚਾਨਕ ਇਕਲਕ ਗਾਉਣਾ ਬੜਾ ਆਪਣੇ ਆਪ ਨੂੰ ਇੱਕ ਕੰਟਰੋਲ ਕਰਕੇ ਗਾਉਣਾ ਪੈਂਦਾ ਤੁਹਾਨੂੰ ਮੇਰੇ ਖਿਆਲ ਜੇ ਮੈਂ ਗੁਰਦਾਸ ਮਾਨ ਦੀ ਗੱਲ ਕਰਾਂ ਤਾਂ ਕੁਝ ਵੀ ਇੰਪੋਸੀਬਲ ਨਹੀਂ ਹੈਗਾ ਕੋਈ ਐਸੀ ਚੀਜ਼ ਨਹੀਂ ਕਿ ਜਿਹੜੀ ਗੁਰਦਾਸ ਮਾਨ ਦੇ ਵਾਸਤੇ ਇੰਪੋਸੀਬਲ ਹੋਵੇ ਕਿਉਂਕਿ ਪਰਮਾਤਮਾ ਤੁਹਾਡੇ ਨਾਲ ਆ ਖੁਦਾ ਤੁਹਾਡੇ ਨਾਲ ਆ ਪਰਵਤ ਉਹ ਸੱਚਾਈ ਤੁਹਾਡੇ ਨਾਲ ਔਰ ਸਭ ਤੋਂ ਵੱਡੀ ਜਿਹੜੀ ਚੀਜ਼ ਆ ਕਿ ਉਹ ਲੋਕਾਂ ਦਾ ਬਜ਼ੁਰਗਾਂ ਦਾ ਅਸ਼ੀਰਵਾਦ ਬੱਚਿਆਂ ਦਾ ਪਿਆਰ ਔਰ ਹਰੇਕ ਦਾ ਸਤਿਕਾਰ ਤੁਹਾਡੇ ਨਾਲ ਆ ਸੋ ਮੈਂ ਇਹੀ ਭਾਜੀ ਕਹਾਂਗਾ ਕਿ ਵਾਕਿਆ ਹੀ ਕਿਸੇ ਨੇ ਕਿਹਾ ਸੀ ਕਿ ਜੀ 30 ਸਾਲ ਹੋਰ ਗਉਣ ਮੈਂ ਤਾਂ ਕਹਿੰਦਾ ਜੀ 30 ਸਾਲ ਕਿਉਂ ਜੇ ਅਗਰ ਪਰਮਾਤਮਾ ਕਰੇ ਜਿੰਨੇ ਪੰਜਾਬੀ ਆ ਸਾਡੀ ਭਾਜੀ 10-10 ਸਾਲ ਉਮਰ ਵੀ ਤੁਹਾਨੂੰ ਲੱਗੇ ਤੇ ਤੁਸੀਂ ਗਾ ਰਬੋ ਤੁਸੀਂ ਪੰਜਾਬੀ ਕਲਚਰ ਸੇਵਾ ਕਰਦੇ ਰਹੋ ਕਿਉਂਕਿ ਇਹ ਅਸੀਂ ਮੇਰੇ ਖਿਆਲ ਅਲਫਾਜ਼ ਹੀ ਨਹੀਂ ਹੈਗੇ ਕਿ ਕਿਹਨਾਂ ਅਲਫਾਜ਼ਾਂ ਦੇ ਵਿੱਚ ਤੁਹਾਡਾ ਅਸੀਂ ਸ਼ੁਕਰੀਆ ادا ਕਰੀਏ ਭਾਜੀ ਇੱਕ ਸਵਾਲ ਕਿ ਗੁਰਦਾਸ ਮਾਨ ਬਹੁਤ ਟੈਲੈਂਟਡ ਆ ਔਰ ਹਰ ਕਾਮਯਾਬ ਇਨਸਾਨ ਦੇ ਪਿੱਛੇ ਇੱਕ ਔਰਤ ਦਾ ਹੱਥ ਜ਼ਰੂਰ ਹੁੰਦਾ ਆ ਉਹ ਮਨਜੀਤ ਮਾਨ ਜੀ ਵੀ ਨੇ ਤੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਬੇਟਾ ਆ ਮਾਂ ਵੀ ਔਰਤ ਹੈ ਜੀ ਮਾਂ ਵੀ ਔਰਤ ਮਾਂ ਦਾ ਵੀ ਹੱਥ ਪਿੱਛੇ ਹੁੰਦਾ ਆ ਔਰ ਹੋਰ ਵੀ ਕਿੰਨੇ ਪਿਆਰ ਕਰਨ ਵਾਲੀ ਐ ਐਕਚੁਅਲੀ ਜਿਹੜੀ ਆਤਮਾ ਉਹ ਫੀਮੇਲ ਹੀ ਐ ਵਾਹ ਨੈਤਾ ਬਾਬਾ ਬੁੱਲੇਸ਼ਾ ਜੀ ਨੇ ਕਿਉਂ ਲਿਖਣਾ ਸੀ ਮਕਮਲੀ ਯਾਰ ਦੀ ਕਮਲੇ ਸੋ ਇਹ ਸਾਰੀਆਂ ਔਰਤਾਂ ਹੀ ਨੇ ਇਹ ਸਾਰੀਆਂ ਗੋਪੀਆਂ ਹੀ ਨੇ ਜੀ ਨਰ নারায়ণ ਤੇ ਕੋਈ ਹੈ ਬਾਕੀ ਸਾਰੀਆਂ ਗੋਪੀਆਂ ਹੀ ਆ ਆਤਮਾ ਨੇ ਇੱਕ ਦੂਜੇ ਨਾਲ ਮਿਲਣ ਆਈਆਂ ਇੱਕ ਦੂਜੇ ਨਾਲ ਵਸਲ ਕਰਨ ਆਈਆਂ ਫਿਰ ਵਿਛੋੜਾ ਫਿਰ ਸੰਜੋਗ ਵਿਜੋਗ ਲੇਖਿਆ ਬੇ ਭਾਗ ਵਾਲੀ ਬਾਤ ਹੈ ਹਜ਼ੂਰ ਕੀ ਬਾਤ ਸੋ ਇਹ ਸਭ ਪਿਆਰ ਕਰਨ ਸਰ ਪਿੱਛੇ ਮਤਲਬ ਜਿਹੜਾ ਐਨੀਆਂ ਰੂਹਾਂ ਨੇ ਹਮ ਹਰ ਰਬੇਨ ਇਹਨਾਂ ਰੁਹਾਨੂ ਇਹਨਾਂ ਸਦਾ ਸਲਾਮਤ ਰੱਖੇ ਜਿਹੜਾ ਪਿਆਰ ਕਰਨ ਵਾਲੇ ਇਹਨਾਂ ਦੇ ਪਿਆਰ ਨੂੰ ਬਰਕਰਾਰ ਰੱਖੇ ਬਸ ਮੇਰੀ ਇਹੀ ਦੁਆ ਹੈ ਸਭ ਥੈਂਕ ਯੂ ਪਾਜੀ ਜਿਹੜਾ ਯੂਥ ਆ ਉਹ ਇੱਕ ਕੁਐਸਚਨ ਯੂਥ ਵੱਲੋਂ ਲਾਸਟ ਕਿ ਗੁਰਦਾਸ ਮਾਨ ਜੀ ਦਾ ਜਿਹੜਾ ਬੇਟਾ ਆ ਕਿਉਂਕਿ ਜਿੰਨਾ ਅਸੀਂ ਤੁਹਾਡੀ ਰਿਸਪੈਕਟ ਹੈ ਮੇਰੇ ਖਾਲ ਉਹ ਵੀ ਰਿਸਪੈਕਟ ਦੇ ਬਹੁਤ ਕਾਬਿਲ ਆ ਮੇਰੇ ਖਾਲ ਇਹੀ ਬਹੁਤ ਵੱਡੀ ਗੱਲ ਆ ਕਿ ਉਹਨਾਂ ਨੇ ਗੁਰਦਾਸ ਮਾਨ ਦੇ ਘਰ ਪੈਦਾ ਹੋਏ ਨੇ ਮੇਰੇ ਖਿਆਲ ਇਸ ਤੋਂ ਵੱਡੀ ਕੀ ਗੱਲ ਹੋ ਸਕਦੀ ਆ ਸੋ ਪਾਜੀ ਉਹਨਾਂ ਦਾ ਫਿਊਚਰ ਮੈਂ ਜ਼ਰੂਰ ਮੈਂ ਕਾਸ਼ ਉਹਨਾਂ ਨੂੰ ਮਿਲਾਂ ਤੇ ਜ਼ਰੂਰ ਮੈਂ ਗੱਲਬਾਤ ਜ਼ਰੂਰ ਕਿਤੇ ਕਰਨ ਦਾ ਮੌਕਾ ਮਿਲੇ ਪਰ ਕੀ ਉਹ ਫਿਲਮ ਇੰਡਸਟਰੀ ਦੇ ਵਿੱਚ ਆ ਰਹੇ ਨੇ ਜਾਂ ਸਿੰਗਿੰਗ ਇੰਡਸਟਰੀ ਚ ਆ ਰਹੇ ਨੇ ਜਾਂ ਕੀ ਉਹ ਉਹਨਾਂ ਦਾ ਅੱਗੇ ਫਿਊਚਰ ਬਤਾਓਰੇ ਡਾਇਰੈਕਟਰ ਉਹ ਆਪਣੀ ਕੋਸ਼ਿਸ਼ ਉਹਦੀ ਜਾਰੀ ਹੈ ਔਰ ਇਹਨਾਂ ਦਿਨਾਂ ਦੇ ਵਿੱਚ ਇੱਕ ਉਹਨੇ ਐਲਬਮ ਤਿਆਰ ਕੀਤੀ ਹੈ ਅਟਰਨਲ ਜੋਗੀ हां जी सो so, वो मेरा ख्याल है कुछ दिनों ਦੇ ਵਿੱਚ ਸ਼ਾਇਦ ਇੱਥੇ ਰਿਲੀਜ਼ ਕਰਨੀ ਹੈ यस हां ਯਾ ਇਹਨਾ ਪ੍ਰੋਗਰਾਮ ਦੇ ਉੱਤੇ ਮੇਰਾ ਖਿਆਲ ਹੈ ਉਸਨੇ ਆਪਣੀ ਉਸ ਵੀਡੀਓ ਦਾ ਆਗਾਜ਼ ਕਰਨਾ ਹੈ ਸੋ ਮੈਂ ਚਾਹਾਂਗਾ ਕਿ ਉਹਦੇ ਲਈ ਜਿਹੜੀਆਂ ਦਵਾਵਾਂ ਉਹਦੇ ਲਈ ਕੰਮ ਕਰਨ ਔਰ ਮਾਲਕ ਉਸ ਨੂੰ ਵੀ ਆਤਾ ਫਰਮਾਏ ਇਸ ਕਲਾ ਦੇ ਨਾਲ ਕਿਉਂਕਿ ਬੰਦ ਕੁਝ ਬੰਦਾ ਕਿਸੇ ਨੂੰ ਕੁਝ ਬਣਾ ਹੀ ਨਹੀਂ ਸਕਦਾ ਬਾਬਾ ਇਹ ਬੰਦਾ ਕਿਸੇ ਨੂੰ ਕੁਝ ਬਣਾਉਣਾ ਚਾਹੁੰਦਾ ਹੋਵੇ ਤਾਂ ਫਿਰ ਰੱਬ ਦੇ ਮਾਇਨੇ ਨਹੀਂ ਰਹਿ ਜਾਂਦੇ ਕਿਉਂਕਿ ਬੰਦਾ ਬੰਦਗੀ ਤੋਂ ਹਾਂਜੀ 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 ਬਿਲਕੁਲ ਬਿਲਕੁਲ ਸੋ ਬਣਾਉਣ ਵਾਲਾ ਮਾਲਕ ਹੀ ਹੈ ਖਿਡਾਉਣ ਵਾਲਾ ਵੀ ਮਾਲਕ ਹੈ ਪੈਦਾ ਕਰਨ ਵਾਲਾ ਵੀ ਆਪਣੀ ਗੋਦੀ ਆਪ ਹੀ ਖੇਲੇ ਬਣ ਕੇ ਮੋਹਨ ਲਾਲਾ ਆਪੇ ਸਿੰਜੇ ਆਪੇ ਬੋਏ ਆਪ ਬਣੇ ਰਖਵਾਲਾ ਆਪਣੀ ਗੋਦੀ ਆਪ ਹੀ ਖੇਲੇ ਬਣ ਕੇ ਮੋਹਨ ਲਾਲਾ ਪਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਲਤਾ ਸੱਚੀ ਕਰਦਾ ਆ ਵੀ ਮੈਂ ਹੁਣ ਅਸ਼ੋਕ ਪਾਜੀ ਵਰਾਣ ਗਾ ਵੀ ਪਾਜੀ 2-4 ਘੰਟੇ ਮੈਨੂੰ ਦੇ ਦਿਓ ਪਰ ਮੈਨੂੰ ਪਤਾ ਟਾਈਮ ਇਸ ਟਾਈਮ ਹੈ ਨਹੀਂਗਾ ਸੋ ਥੈਂਕ ਯੂ ਵੈਰੀ ਵੈਰੀ ਮੱਚ ਪਾਜੀ ਬਹੁਤ ਤੁਹਾਡਾ ਧੰਨਵਾਦ ਕਰਦੇ ਆ ਪੰਜਾਬ 2000.com ਵੱਲੋਂ ਮੇਰੇ ਵੱਲੋਂ ਟੋਨੀ ਪਾਜੀ ਤਜਿੰਦਰ ਪਾਜੀ ਐਂਡ एवरीवन ਐਸ ਵੈਲ ਮਨਜੀਤ ਪਾਜੀ ਵੱਲੋਂ ਵੀ ਥੈਂਕ ਯੂ ਵੈਰੀ ਮੱਚ ਪਾਜੀ ਇੱਕ ਸ਼ਬਦ ਜਿਹੜਾ ਤੁਹਾਡੇ ਨਾਲ ਜੁੜ ਚੁੱਕਾ ਆ ਉਹ ਮੇਰੇ ਖਿਆਲ ਤੁਸੀਂ ਚਾਹੋ ਵੀ ਲਾ ਨਹੀਂ ਸਕਦੇ ਕਿ ਹਰ ਬੰਦਾ ਕਹਿੰਦਾ ਜੀ ਬਾਬਾ ਜੀ ਕੀ ਹਾਲ ਆ ਕਿਵੇਂ ਦਾ ਲੱਗਦਾ ਕਿਉਂਕਿ ਕੀ ਕਦੇ ਇਹ ਨਹੀਂ ਮਹਿਸੂਸ ਹੁੰਦਾ ਕਿਉਂਕਿ ਜਦੋਂ ਆਪਾਂ ਬਾਬਾ ਸ਼ਬਦ ਯੂਜ਼ ਕਰ ਯੂਜ਼ ਕਰਦੇ ਆਂ ਤੇ ਗੁਰੂਆਂ ਪੀਰਾਂ ਦੇ ਵਾਸਤੇ ਵੀ ਯੂਜ਼ ਹੁੰਦਾ ਹੈ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਜਾਂ ਹੋਰ ਵੀ ਕਿਸੇ ਵੀ ਤਰ੍ਹਾਂ ਦੇ ਅਸੀਂ ਤਾਂ ਝੂਠੇ ਬਾਬੇ ਅਸਲੀ ਤਾਂ ਉਹ ਨੇ ਬਾਬੇ ਥੈਂਕ ਯੂ ਸਾਨੂੰ ਵੈਸੇ ਪਿਆਰ ਨਾਲ ਕਹਿ ਦਿੰਦੇ ਆ ਕੋਈ ਜ਼ਬਾਨ ਤੋਂ ਵਿੱਚ ਕੋਈ ਲਫ਼ਜ਼ ਹੁੰਦਾ ਨਾ ਮੂੰਹ ਤੇ ਚੜ ਜਾਂਦਾ ਇਹ ਤਕੀਆ ਕਲਾਮ ਬਣ ਗਿਆ ਪੰਜਾਬੀਆਂ ਦਾ ਮੇਰੇ ਮੇਰੇ ਵਾਸਤੇ ਜੀ ਇਹ ਉਹਨਾਂ ਦੇ ਜ਼ਬਾਨ ਤੋਂ ਜਦੋਂ ਬੋਲਦੇ ਆ ਮੈਨੂੰ ਇਹ ਲੱਗਦਾ ਕਿ ਮੈਨੂੰ ਬਹੁਤ ਸਤਿਕਾਰ ਕਰਦੇ ਨੇ ਪਿਆਰ ਕਰਦੇ ਨੇ ਸਾਹਿਬ थैंक यू वेरी मच मान साहब बहुत-बहुत ਤੁਹਾਡਾ ਧੰਨਵਾਦ थैंक यू वेरी मच ਬਾਤ ਚਿਤ ਕਰਨ ਦਾ ਬਹੁਤ ਆਨੰਦ ਆਇਆ ਰੱਬ ਤਨੂ ਇਸੇ ਤਰ੍ਹਾਂ ਹੀ ਰੱਖੇ ਔਰ ਇਸੇ ਤਰ੍ਹਾਂ ਇਹ ਤੇਰੇ ਅੰਦਰ ਇੱਕ ਸ਼ੌਕੀਅਤ ਚਾਂਚਲ ਜਿਹੜੇ ਤੇਰੇ ਜ਼ੁਬਾਨ ਦੇ ਵਿੱਚ ਹੈ ਇਹ ਰੱਬ ਇਸ ਨੂੰ ਸਦਾ ਸਲਾਮਤ ਰੱਖੇ ਬਾਪੂ थैंक यू वेरी मच ਬਹੁਤ-ਬਹੁਤ ਤੁਹਾਨੂੰ ਅਦਨੁ ਸਲਾਮਤ ਰੱਖਿਆ ਕੀ ਬਾਤ ਹੈ ਬਹੁਤ-ਬਹੁਤ ਤੁਹਾਨੂੰ ਮਾਜੀ ਤੁਹਾਡਾ ਇਟ ਵਾਸ ਵਨ ਐਂਡ ਓਨਲੀ ਮੈਂ ਜਿਹਦਾ ਮੈਂ ਪਹਿਲਾਂ ਵੀ ਕਿਹਾ ਸੀ ਕਿ ਆਮ ਤੌਰ ਤੇ ਆਪਾਂ ਕਹਿੰਦੇ ਦਾ ਇੱਕ ਪੰਜਾਬੀ ਦਾ ਸਿਤਾਰਾ ਜਾਂ ਪੰਜਾਬ ਦਾ ਸਿਤਾਰਾ ਪਰ ਮੇਰੇ ਖਿਆਲ ਦੇ ਵਿੱਚ ਇੱਕ ਹਿੰਦੁਸਤਾਨ ਦਾ ਇੱਕ ਸਿਤਾਰਾ ਇੱਕੋ ਸਿਤਾਰਾ ਕਿ ਜਿਨੇ ਕਰ ਕਰ ਦੇ ਵਿੱਚ ਪੰਜਾਬ ਪੰਜਾਬੀ ਪੰਜਾਬੀ ਤੱਕ ਪਹੁੰਚਾ ਦਿੱਤੀ ਕੋਈ ਪੰਜਾਬੀ ਗਾਣਾ ਐਸਾ ਨਹੀਂ ਹੋਏਗਾ ਜਿੱਥੇ ਕਿ ਗੁਰਦਾਸ ਮਾਨ ਹਾਊਸ ਹੋਲਡ ਨਾ ਨਹੀਂ ਹੋਏਗਾ ਚਾਹੇ ਇਹਨਾਂ ਦੀ ਕੈਸਟ ਨਾ ਹੋਏਗੀ ਐਲਬਮ ਵੀ ਮੇਰੇ ਖਿਆਲ ਕੋਈ ਪੰਜਾਬੀ ਕਲਾਕਾਰ ਜਿਨ੍ਹਾਂ ਦੇ ਬਾਰੇ ਮੈਂ ਕੌਨਫੀਡੈਂਸ ਨਾਲ ਕਹਿ ਸਕਦਾ ਕਿ ਇਹਨਾਂ ਦੀ ਐਲਬਮ ਜ਼ਰੂਰ ਬੰਦੇ ਕੋਲ ਪੈਸੇ ਨਾ ਵੀ ਹੁਣ ਆਧਾਰੇ ਫੜ ਕੇ ਵੀ ਕਹਿੰਦਾ ਯਾਰ ਮੈਂ ਸੀਡੀ ਜ਼ਰੂਰ ਖਰੀਦਣੀ ਆ ਪਾਰੇ ਸੀ ਨਹੀਂ ਹੁੰਦੀ ਸੋ ਇਸ ਕਰਕੇ ਜਸਟ ਗਾਇਜ਼ ਆ ਹੰਬਲ ਰਿਕੁਐਸਟ ਕਿ ਜੇਸ ਇਨਸਾਨ ਨੇ ਜੇਸ ਸਖਸ਼ ਨੇ ਆਪਣਾ ਸਾਰਾ ਹੀ ਜੀਵਨ ਪੰਜਾਬ ਪੰਜਾਬੀ ਅਤੇ ਪੰਜਾਬੀ ਨੂੰ ਸਮਰਪਿਤ ਕਰ ਦਿੱਤਾ ਮੇਰੇ ਖਿਆਲ ਦੇ ਵਿੱਚ ਜ਼ਰੂਰ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਦਿਖਾਓ ਕਿਉਂਕਿ ਅਸੀਂ ਫੇਰ ਅਸੀਂ ਬਲੇਮ ਕਰਦੇ ਆ ਆਪਣੇ ਨਿਆਣਿਆਂ ਨੂੰ ਕਿ ਜਿਹਨੂੰ ਇਹਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ ਇਹਨੂੰ ਪੰਜਾਬ ਦੇ ਬਾਰੇ ਨਹੀਂ ਪਤਾ ਪਰ ਉਹਦੇ ਵਿੱਚ ਸਾਡਾ ਵੀ ਕਸੂਰ ਆ ਕਿਉਂਕਿ ਜਦੋਂ ਇਹ ਟਾਈਮ ਕੱਢ ਕੇ ਮਾਨ ਸਾਹਿਬ ਇਥੇ ਆਉਂਦੇ ਨੇ ਸਾਨੂੰ ਜ਼ਰੂਰ ਜਾਣਾ ਚਾਹੀਦਾ ਮੈਂ ਪਤਾ ਨਹੀਂ ਕਿੰਨੇ ਕਿ ਸ਼ੋਅ ਮਾਨ ਸਾਹਿਬ ਦੇ ਦੇਖੇ ਨੇ ਮੇਰੇ ਖਿਆਲ ਅੱਜ ਵੀ ਮਨ ਨਹੀਂ ਪਰਦਾ ਜਿੱਦਾਂ ਮੈਂ ਕਹਿੰਦਾ ਸੀ ਵੀ ਹਰ ਪੰਜਾਬੀ 10-10 ਸਾਲ ਵੀ ਦੇ ਦੋਵੇ ਬਾਜੀ ਲੱਗੇ ਰਵੋ ਤੇ ਅਸ਼ੋਕ ਬਾਜੀ ਵੀ ਮੈਂ ਕਹਿੰਨਾ ਬਾਜੀ ਚਲੋ ਦੋ-ਦੋ ਸਾਲ ਤੁਹਾਨੂੰ ਹੀ ਕਿਉਂਕਿ ਤੁਸੀਂ ਇਹਨਾਂ ਨੂੰ ਸਾਦੇ ਰਵੋ ਸੋ ਸੋ ਦੈਟਸ ਵੈਰੀ 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 ਇੰਪੋਰਟੈਂਟ ਐਜ਼ ਵੈਲ ਸੋ ਪਲੀਜ਼ ਇਟਸ ਅ ਹੰਬਲ ਰਿਕਵੈਸਟ ਟੂ 올 ਦਾ ਪੈਰੈਂਟਸ ਆਊਟ देयर ਐਜ਼ ਵੈਲ ਟੇਕ ਯੂ ਟਾਈਮ ਆਊਟ ਮੇਕ ਸ਼ੋਰ ਗਾਈਜ਼ ਯੂ ਨੋ ਕਿ ਅਸੀਂ ਗੁਰਦਾਸ ਮਾਨ ਦੇ ਜਿਹੜੇ ਸ਼ੋਅ ਨੇ ਉਹ ਇੰਨੇ ਕਿ ਜ਼ਿਆ दुनिया पर पता लग जाए ठीक है, है यार होगा कोई माइकल जैक्सन होगा कि बोन जो भी डज नॉट मैटर एक्चुअली बट दर इज ओनली वन गुरदास मान सो गाइस प्लीज कीप ऑन सपोर्टिंग टू थाउजेंड डॉट कॉम सपोर्ट पंजाबी एंडियत सत श्रीकाल जी